آج میں آپ کو لے کے آیا ہوں قصور کے پرانا لاری اڈا کے قبرستان میں یہاں پر بہتر قبریں گمنام شہیدوں سے منصوب کی گئی ہیں انیس سو پہنسٹھ میں یہاں پر شہیدوں کو دفنایا گیا شیش نمبر آرے دن ہیں ایتھے بقیدہ فوجی گئے سن لیکن بانوے دنانوے تو باب اندہاں پہ فوجی گیا ہے رسی کسی نے نہیں بکیا سنے ہیں کہ بھی فوجی رہے ہو بہر آجی میں جو جانگو یہ میں تو یہاں پنیتر دے بچ پر تھی اچھا. جانگو یہ پینٹھ دے بچے ਇਹ ਜਿਹੜੇ 1965 ਦੇ ਇਥੇ ਸ਼ਹੀਦ ਹੈ ਨਾ ਅਸੀਂ ਪੰਜਵੇਂ ਦਿਮਾਗ ਚ ਪੜ੍ਹਨਾ ਹੈ ਹਾਂ ਅੱਛਾ ਕਿਉਂ ਸਾਡਾ ਮੁੱਲਾ ਹੈ ਨਾਲ ਫਿਰ ਹੁੰਦੇ ਇਥੇ ਸਾਡੇ ਨਜ਼ਦੀਕ ਯਾਨਕਿ ਉਹ ਅਸੀਂ ਆ ਕੇ ਨਾ ਵੇਖਦੇ ਹਾਂ ਕਿ ਯਾਰ ਇਹ ਕੀ ਹੁੰਦਾ ਹੈ ਇਥੇ ਕੀ ਸਿਸਟਮ ਹੈ ਅੱਛਾ ਉਹ ਫੌਜੀਆ ਉਹਨੂੰ ਪਿਆਰੇ ਨੂੰ ਦਫਨ ਕਰਦਾ ਹੀ ਇਥੇ ਹਾਂ ਹਾਂ ਜ਼ਖਮੀ ਸੰ ਜਾਂ ਉਹਨਾਂ ਜਾਂ ਜੋ ਵੀ ਉਹਨਾਂ ਪਿਆਰੇ ਨੇ ਲਾਤਾਂ ਅੱਛਾ ਉਹ ਇਥੇ ਦਫਨ ਕਰਕੇ ਚਲੇ ਜਾਂਦੇ ਫੌਜੀ ਤੇ ਉਸ ਤੋਂ ਬਾਅਦ ਨਾ ਹਰ ਸਾਲ 6 ਸਤੰਬਰ ਵਾਲੇ ਦਿਨ ਇਥੇ ਬਕਾਇਦਾ ਫੌਜੀ ਆਉਂਦੇ ਸਨ ਹਾਂ ਪੂਰੇ ਕਬਰਸਤਾਨ ਦੀ ਸਫਾਈ ਹੁੰਦੀ ਸੀ ਅੱਛਾ ਇੱਥੇ ਗੁਲਾਬਾਂ ਦੇ ਫੁੱਲ ਯਾਨੀ ਕਿ ਬੜਾ ਦੇ ਸਾਰੇ ਦਾਰੀਏਡੇ ਪੈਸੇ ਇਕੱਠੇ ਕਰਕੇ ਦੇਗਾਂ ਬਕਾਂਦੇ ਸਨ ਇਹਨਾਂ ਸ਼ਿਦਾਂ ਦੀਆਂ ਇੱਥੇ ਆ ਕੇ ਕਬਰਾਂ ਦੇ ਲੋਕਾਂ ਨੂੰ ਤਕਸੀਮ ਕਰਦੇ ਹਨ ਅੱਛਾ ਤੇ ਹਰ ਸਾਲ ਯਾਨੀ ਚੱਲਦਾ ਰਿਹਾ ਸਥਾ ਲੇਕਿਨ 92 ਸਾਲਾਂ ਤੋਂ ਬਾਅਦ ਨੜਾ ਖਾਰ ਦੇਣਾ ਕੋਈ ਇੱਥੇ ਨਾ ਤੇ ਕੋਈ ਫੌਜੀ ਆਇਆ ਨਾ ਯਾਨੀ ਇਹ ਤਾਂ ਕੋਈ ਆਇਆ ਹੀ ਨਹੀਂ ਯਾਰ ਅਸੀਂ ਕਿਸੇ ਨੇ ਨਹੀਂ ਵੇਖਿਆ ਚਾਚਾ ਜੀ ਮੈਨੂੰ ਇਹ ਦੱਸੋ 1965 ਦੇ ਵਿੱਚ ਉਦੋਂ ਪਹਿਲੇ ਬੰਗਲਾਦੇਸ਼ ਪਾਕਿਸਤਾਨ ਇਕੱਠਾ ਸੀ ਨਹੀਂ ਨਹੀਂ اچھا ਤੇ ਉਹ ਉਦੋਂ ਕੋਈ ਬੇਲੀ ਸੱਜਣਾ ਜਦੋਂ جنگ ਹੋਈ ਤੇ ਕੀ ਕੀ ਦੇਖਦੇ ਕੀ ਸੱਜੇ جنگ ਕਿਸ ਤਰੀਕੇ ਨਾਲ ਹੋਈ ਯਾਰ ਇਹਦੇ ਘਰਾਂ ਦੀਆਂ ਛੱਤਾਂ ਝੜ ਕੇ ਦੇਖ ਰਹਾ ਮੈਂ ਬਾਰਡਰ ਦੇ ਉੱਤੇ ਲੈਟਾਂ ਫਾਇਰਿੰਗ ਹੋ ਰਹੀਏ ਗੋਲੀਆਂ ਦੀ ਹਵਾਵਾਂ ਆ ਰਹੀਆਂ ਨੇ ਅੱਛਾ ਸਵੇਰ ਦੇ ਵੇਲੇ ਇਲਾਇ ਵਿੱਚ ਸਿਦਾਈ ਫੌਜੀ ਕਰੇ ਉਹ ਗੱਡੀਆਂ ਦੇ ਉੱਤੇ ਜ਼ਖਮਿਆਂ ਨੂੰ ਲੈ ਕੇ ਆਏ ਹੁੰਦੇ ਸੀ ਉਹ ਇੱਥੇ ਆ ਕੇ ਕਬਰਾਂ ਕੱਢ ਕੇ ਪਿਆਰਿਆਂ ਨੂੰ ਦਫਨਾਉਂਦੇ ਸੀ ਅੱਛਾ ਬਸ ਇੰਨਾ ਹੀ ਸਾਨੂੰ ਉਦੋਂ ਸ਼ਹੂਰ ਸੀ ਕਿਸੇ ਸ਼ਹੀਦ ਨੂੰ ਤੁਸੀਂ ਵੀ ਦਫਨਾਇਆ ਹਾਂ ਨਹੀਂ ਅਸੀਂ ਕੋਲ ਖੋਗੇ ਜੋ ਵੇਖਦੇ ਜਰ ਰਹੇ ਹਾਂ ਅੱਛਾ ਵਾਲਿਦਾਂ ਦੀ ਕੋਈ ਗੱਲ ਯਾਦ ਹੈ ਉਹ ਕਹਿੰਦੇ ਹਣ ਪੁੱਤਰ ਬਾਹਰ ਨਹੀਂ ਜਾਣਾ ਜੰਗ ਲੱਗੀ ਯਾ ਉਹ ਲੋਕਾਂ ਦੀ ਬੜੀ ਦਲੇਰੀ ਸੀ ਕਿਸੇ ਨੂੰ ਕੋਈ ਡਰ ਖੋਫ ਜੰਗ ਦਾ ਨਹੀਂ ਸੀਗਾ ਲੋਕ ਬਿਲਕੁਲ ਛੱਤਾਂ ਦੇ ਚੜ ਕੇ ਅਸੀਂ ਜਹਾਜ਼ ਇੰਡੀਆ ਬੈਂਦੇ ਹਨ ਉਹ ਵੇਖਦੇ ਹਾਂ ਅੱਛਾ ਵੀਰ ਨਹੀਂ ਕਿ ਕਿਸੇ ਦੇ ਦਿਲ ਦੇ ਵਿੱਚ ਕੋਈ ਡਰ ਖੌਫ ਵਾਲੀ ਕੋਈ ਗੱਲ ਨਹੀਂ ਸੀਗੀ ਬਿਲਕੁਲ ਅਸੀਂ ਬਿਲਕੁਲ ਇੱਥੇ ਦਿਨ ਦੇ ਟਾਈਮ ਫਿਰਦੇ ਰਹਨੇ ਹਾਂ ਅੱਛਾ ਜੰਗ ਕਿੰਨੇ ਦਿਨ ਲੱਗੀ ਰਹੀ ਔਰ ਮੈਂ ਤਾਂ ਕੋਈ ਦੋ ਕਫੇ ਰਹੀ ਜੰਗ ਤੇ ਇਹ ਮੇਲਾ ਇਹਨਾਂ ਪਰੋ ਲੱਗਦਾ ਸੀ ਯਾਰ ਸ਼ੀਦਾ ਵਾ ਕੇ ਜਜ਼ਬਾ ਵੀ ਨਾਲ ਲੋਕਾਂ ਬੈਠੇ ਵੀ ਯਾਰ ਉਹ ਨਾ ਜਿਆਦਾ ਸਾਡੇ ਘਰ ਤੇ ਜਾਣ ਦਿੱਤੀ ਉਹ ਲੋਕ ਜਿਹੜੇ ਭੱਲੇਦਾਰ ਸਨ ਯਾਰ ਏਡੇ ਦੇ ਦੁਕਾਨਦਾਰ ਸਨ ਉਹ ਸਾਰੇ ਆ ਕੇ ਵੇਖਦੇ ਹਨ ਜਾ ਇੱਥੇ ਜਾ ਕੇ ਨਾ ਝਾੜੂ ਬੁੱਕ ਦੇ ਗਏ ਕੋਈ ਯਾਨੀ ਕਿ ਪੜ ਗਏ ਭੜਾਈਏ ਇਹਨਾਂ ਬੇਚਾਰਾ ਨੂੰ ਯਾਨੀ ਕਿ ਹਾਂ ਇਹਨਾਂ ਦਾ ਇਤਰਾ ਨਹੀਂ ਹੈ ਨਾ ਇੱਕ ਅੱਛਾ ਕਈਆਂ ਕਬਰਾਂ ਤੇ ਨ ਲਿਖਿਆ ਹੋਇਆ ਗੁਮਨਾਮ ਸ਼ਹੀਦ ਹਾਂ ਉਹ ਪਤਾ ਕੀ ਸੀ ਉਹ ਕਈ ਬੰਦਿਆਂ ਨੂੰ ਯਾਨੀ ਕਿ ਗੋਲਾ ਬੱਜਿਆ ਉਹਨਾਂ ਦਾ ਇੱਕ ਫੱਬਿਆ ਦਾ ਸ਼ਖਤਮ ਹੋ ਗਿਆ ਹੂੰ ਯਾਨੀ ਉਹ ਬਾ ਫੱਲਦਾ ਦਾ ਤਾਂ ਨਹੀਂ ਰੱਬਾ ਅੱਛਾ ਉਹਨਾਂ ਨੇ ਉਹਨਾਂ ਬੇਚਾਰਿਆਂ ਨੂੰ ਲੈ ਆ ਕੇ ਨਾ ਉਹ ਵੀ ਦਫਨ ਕਰਤਾ ਹੂੰ ਯਾ ਕਿਸੇ ਦਾ ਉਪਰਾ ਸਿਰ ਨਹੀਂ ਆ ਉਹਨੂੰ ਜੋ ਗੋਲਾ ਬੱਜ ਗਿਆ ਉਹ ਛਾਤੀ ਉੱਡ ਗਈ ਉਹ ਕੀ ਬਤਾ ਬਜਾਰਾ ਕੌਣ ਹੈ ਉਹ ਫਿਰ ਉਹਦੀ ਕਬਰਾਂ ਦੇ ਨਾਮਾ ਲੂਮ ਚਾਚੀ ਜੀ ਕਹਿ ਦਿੰਦਾ ਕਿ ਇਹ ਨਾ ਜ਼ਿਆਦਾ ਅਕਸਰੀਅਤ ਜਿਹੜੀ ਇੱਥੇ ਜਿਹੜੇ ਦਫਨ ਹੋਏ ਨੇ ਨਾ ਬੰਗਲਾਦੇਸ਼ੀ ਨੇ ਉਹ ਫਿਰ ਨਾ ਉਦੋਂ ਗੱਲਾਂ ਕਰਦੇ ਵੈਸੀ ਮੈਨੂੰ ਅਜੇ ਤੱਕ ਯਾਦ ਉਹ ਬੰਗਾਲੀ ਸਾਡੇ ਕਹਿੰਦੇ ਵੀ ਇਹ ਬੰਗਾਲੀ ਏ ਮੁੰਡਾ ਉਹ ਉਹਨਾਂ ਹੀਆਂ ਦੋ ਕਬਰਾਂ ਨੇ ਹਾਂ ਦੇ ਉਹ ਸਾਹਮਣੇ ਦੋ ਕਬਰਾਂ ਕਿਦੋਂ ਦੀ ਗੱਲ ਹੈ 65 ਦੀ ਯਾਰ ਤੇ 65 ਦੀ ਮੈਂ ਗੱਲ ਬਤਾਣਾ ਕਰਨਾ 65 ਦੀ ਗੱਲ ਉਦੋਂ ਹੀ ਤੁਹਾਨੂੰ ਯਾਦ ਹੈ ਹਾਂ ਉਪਰ ਦੇ ਵਿੱਚ ਜਿਹੜੇ ਮੁੰਡੇ ਸ਼ਹੀਦ ਹੋਏ ਨਾ ਉਹਨਾਂ ਦੇ ਇੱਕ ਦੋ ਮੁੰਡੇ ਇੱਥੇ ਬੰਗਾਲੀ ਦਫਨ ਹੋਏ ਸਨ ਉਹਨਾਂ ਦੀਆਂ ਉਹ ਗਵਰਾਂ ਦੇ ਸਾਹਮਣੇ ਅੱਛਾ ਅੱਛਾ ਇਹ ਕਬਰਾਂ ਤੇ ਹੁਣ ਤਖਤੀਆਂ ਲਗੀਆਂ ਨੇ ਇਹ ਕਿਦੋਂ ਲਗੀਆਂ ਇਹ ਅੱਜ ਤੋਂ ਬਹੁਤ ਪਹਿਲਾਂ ਲਗੀਆਂ ਨੇ ਪੁਰਾਣੀਆਂ ਸੇਟਾਂ ਛੋਟੀਆਂ ਸਨ ਅੱਛਾ ਉਹ ਸਨ ਠੀਕ ਹੈ ਉਹ ਵੇਲੇ ਵੇਲੇ ਇਹ ਸੈਦ ਨਾਮ ਦਾ ਛੋਟਾ ਸੀ ਉਹ ਫਿਰ ਆਦਮੀ ਆਲੇ ਫੌਜੀ ਉਹਨਾਂ ਨੇ ਨਾ ਇਹਨਾਂ ਨੂੰ ਕਿਹਾ ਨਹੀਂ ਯਾਰ ਇਹ ਨਹੀਂ ਸੌਣੇ ਚਾਹੀਦੀਆਂ ਇਹਨਾਂ ਦੇ ਨਾਲ ਦੇ ਵਟੀਆਂ ਬਣਾਓ ਅੱਛਾ ਇਹ ਤਿੰਨ-ਸੱਤਾਂ ਲੈਣਾ ਇਹ ਵੱਟੀਆਂ ਪਲੇਟਾਂ ਲੈ ਕੇ ਲਈਆਂ ਉਹਨਾਂ ਨੇ ਇਸ ਇਲਾਕੇ 'ਕੇ ਮੇਰੇ ਸਾਥ ਲੋਕ ਮੌਜੂਦ ਹੈ جو کہ ان قبروں کو تھوڑا بہت جانتے ہیں ان سے بات کرتے ہیں کیا جانتے کیا ہیں ان قبروں کے بارے میں اقسام بھائی دیکھیں یہ تو سبھی لوگ جانتے ہیں جب پینسٹھ کی جنگ لگی تو یہ ہمارے وہ شہید ہیں جنہوں نے ہمارے ملک پاکستان کے لیے اپنی جانیں نصابر کی ہیں hmm. تو کوئی بھی قوم اپنی یعنی کہ ورثہ اپنے شہیدوں کو نہیں بھولتی اپنے شہید جو ہوتے ہیں وہ ہمارا ورثہ ہوتے ہیں تو ہمیں اپنے ورثہ کو نہیں بولنا چاہیے آپ کب سے یہاں پہ آ رہے ہیں کیا دیکھتے ہیں فوج آتی ہے یہاں پہ آ کے سلامی دیتی ہے ایک بھائی میں تقریباً دس سال سے یہاں پر آتا ہوں تو میں نے تو اپنی یعنی کہ دس سال کے یعنی کہ نہیں دیکھا کبھی یہاں پر کوئی فوج پہلے ہمارے جو بڑے ہیں وہ کہتے ہیں کہ پہلے یہاں پر فوج آیا کرتی تھی باقاعدہ طور پر ان کو سلامی دیا کرتی تھی یہاں پر سرکاری سطح پر پروگرام ہوا کرتے تھے پہلے ہوا کرتے تھے تو آپ بتا رہے تھے کہ کچھ دیر سے ہم جو ہے دوست اکٹھے ہو کے آتے ہیں اور ان کو دیکھتے ہیں یہاں پہ گھاس بھی بہت زیادہ تھا تو وہ ساری کہانی کیا ہے جی پچھلی دفعہ ایک سال پہلے کی بات ہے تو ہمیں پتا چلا کہ ہم یہاں پر آئے بہت زیادہ دوست آئے پورا یعنی کہ قصور کسور ہی آئے یہاں پر م. انہوں نے اپنے ہاتھوں سے یہاں پر صفائی کی اور صفائی کرنے کے بعد یہاں پر ایک تقریب کی اور وہاں پر بچوں کو بھی بلایا جنہوں نے یہاں پر فاتحہ پڑھی اور ساتھ میں سبھی دوستوں نے دعا وغیرہ کی اے ڈی سی جی کو بھی مدعو کیا اور متعلقہ یعنی کہ جو تھانہ ہے اے ڈویژن اس تھے ان کو بھی مدو کیا یہاں پر سرکاری سطح پر اس کو چھوٹا سا کرنے کی کوشش کی جس طرح بابا جی بتا رہے تھے کہ وہ تب جنگ ہوئی تھی یہ ماحول تھا آپ کے بھی والدین بتاتے ہوں گے بڑے تو یہی بتاتے ہیں کہ جب یعنی کہ پینسٹھ کی جنگ ہوئی تھی نا تو جو ہمارے فوجی تھے وہ ان کو لے کر آتے تھے یہاں دفنایا گیا تھا تو ڈیلی بیس پہ یعنی کہ ایک یا دو لوگوں کو یہاں پر لایا جاتا تھا ہمارے جو شہید تھے اچھا سر بتائیے گا آپ نے بھی یہ سارا دیکھا ہاں جی ہاں جی کس طرح کیا دیکھا دیکھا گیا ہم نے تو یہی دیکھا انیس سو بانوے تک آئے فوجی یہاں پریڈ بھی ہوتی تھی اور لنگر وغیرہ بھی تقسیم کیا جاتا تھا اس کے بعد کوئی نہیں یہاں آیا